ਸਰ ਕੀ ਕਹਿਣਾ ਚਾਹੋਗੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਨਾਲ ਖੜੇ ਸੱਜਣਾਂ ਨੂੰ ਫਤਿਹ ਅਰਜ਼ ਕਰਾਂ। ਗੁਰੂ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਪਾਲ ਨੂੰ ਜਿਹੜਾ ਉਹਨਾਂ ਦੇ ਮੰਗਾਂ ਨੇ ਉਹ ਮੰਨ ਕੇ ਤੁਰੰਤ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸਰਕਾਰ ਨੂੰ, ਅਤੇ ਉਹਨਾਂ ਨੂੰ ਜੇਲ੍ਹਾਂ 'ਚੋਂ ਰਿਹਾਅ ਕਰ ਦੇਣਾ ਚਾਹੀਦਾ ਅਤੇ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ। ਉਹਨਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ, ਉਹਨਾਂ ਦੇ ਨਿੱਜੀ ਹੱਕ ਹਕੂਕ ਖੋਏ ਜਾ ਰਹੇ ਨੇ ਅੰਮ੍ਰਿਤਪਾਲ ਸਮੇਤ, ਅਤੇ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੋਈ ਹੈ ਪ੍ਰਸ਼ਾਸਨ ਦੇ ਖਿਲਾਫ਼, ਕਿਉਂਕਿ ਪ੍ਰਸ਼ਾਸਨ ਉਹਨਾਂ ਦੇ ਜਿਹੜੇ ਅਧਿਕਾਰ ਨੇ ਮੌਲਿਕ ਅਧਿਕਾਰ ਸੰਵਿਧਾਨਕ ਤੌਰ 'ਤੇ ਦਿੱਤੇ ਹੋਏ ਨੇ ਕੈਦੀ ਨੂੰ, ਉਹ ਖੋ ਰਿਹਾ। ਅਤੇ ਸਰਕਾਰਾਂ ਸਮੇਂ ਸਮੇਂ 'ਤੇ ਸਾਡੇ 'ਤੇ ਤਸ਼ੱਦਦ ਕਰ ਰਹੀਆਂ, ਕਦੇ ਸਾਨੂੰ ਗੈਂਗਸਟਰ ਕਹਿ ਕੇ, ਕਦੇ ਅੱਤਵਾਦੀ ਕਹਿ ਕੇ, ਪਹਿਲਾਂ ਵੀ ਸਾਡੇ ਮੁਕਾਬਲੇ ਬਣਦੇ ਜਾ ਰਹੇ ਨੇ ਪੁਰਾਣੇ ਸਮੇਂ ਤੋਂ, ਅਤੇ ਹੁਣ ਸਾਨੂੰ ਨਸ਼ਿਆਂ ਨਾਲ ਵੀ ਮਾਰਿਆ ਜਾ ਰਿਹਾ। ਸੋ ਇਹ ਜਿਹੜਾ ਅੰਮ੍ਰਿਤਪਾਲ ਸਿੰਘ ਸੀ ਇਹ ਬਹੁਤ ਅੱਛੇ ਕੰਮ ਕਰ ਰਿਹਾ ਸੀ, ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਅੰਮ੍ਰਿਤ ਛਕਾ ਕੇ ਧਰਮ ਵਾਲੇ ਪਾਸੇ ਜੋੜ ਰਿਹਾ ਸੀ। ਸਰਕਾਰਾਂ ਨੂੰ ਗੱਲ ਇਹ ਫੱਬੀ ਨਹੀਂ ਹੈ ਕਿ ਚੰਗੀ ਨਹੀਂ ਲੱਗੀ, ਕਿ ਤਾਂ ਸਿੱਖੀ ਜਿਹੜੀ ਨੂੰ ਅਸੀਂ ਖਤਮ ਕਰਨ ਲੱਗੇ ਹਾਂ ਉਹਨੂੰ ਦੁਬਾਰਾ ਪੈਦਾ ਕਰ ਰਿਹਾ, ਅਤੇ ਇਸ ਕਰਕੇ ਉਹਨਾਂ ਨੂੰ ਚੱਕ ਕੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਡਿਬਰੂਗੜ੍ਹ ਭੇਜ ਦਿੱਤਾ, ਜੋ ਕਿ ਸਰਾਸਰ ਸਾਡੇ ਨਾਲ ਧੱਕਾ ਹੈ। ਅਸੀਂ 90-95% ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੀਤੀਆਂ, ਪਰ ਸਾਡਾ ਉਹਨਾਂ ਦਾ ਮੁੱਲ ਨਹੀਂ ਪਾਇਆ ਸਰਕਾਰਾਂ ਨੇ, ਅਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਮਾਹੌਲ ਖਰਾਬ ਕਰਨ ਤੋਂ ਬਚਾ ਕੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਨੌਜਵਾਨਾਂ ਨੂੰ, ਕਿਉਂਕਿ ਉਹ ਸੱਚ ਦੇ ਰਸਤੇ 'ਤੇ ਤੁਰੇ ਹੋਏ ਨੇ। ਜਿਹੜੇ ਆਪਾਂ ਫਿਰ ਅੱਤਵਾਦੀ ਜਾਂ ਵੱਖਵਾਦੀ ਨਾਮ ਬਾਹਰ 'ਚ ਦਿੰਦੇ ਹਾਂ, ਇਹ ਸਰਕਾਰਾਂ ਦੇ ਕੀਤੇ ਹੋਏ ਤਸ਼ੱਦਦ ਦੇ ਵਿੱਚੋਂ ਹੀ ਨਿਕਲਦੇ ਨੇ, ਕਿਉਂਕਿ ਪਹਿਲਾਂ ਸਾਡੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਉਦੋਂ ਬਾਅਦ ਉਹ ਖੜਕੂ ਲਹਿਰ ਚੱਲੀ ਅਤੇ ਉਹ ਸਿੱਖ ਨੌਜਵਾਨਾਂ ਨੇ ਹਥਿਆਰ ਚੱਕੇ। ਉਹ ਕਿਸੇ ਮਾਂ ਦੇ ਪੇਟ ਦੇ ਵਿੱਚੋਂ ਖੜਕੂ ਜਾਂ ਅੱਤਵਾਦੀ ਜਾਂ ਗੈਂਗਸਟਰ ਨਹੀਂ ਬਣਦਾ, ਸਰਕਾਰਾਂ ਦੇ ਕੀਤੇ ਹੋਏ ਤਸ਼ੱਦਦ ਦੇ ਦੁਆਰਾ ਹੀ ਗੈਂਗਸਟਰ ਬਣਦੇ ਨੇ, ਅਤੇ ਜਾਂ ਅੱਤਵਾਦੀ ਜਾਂ ਵੱਖਵਾਦੀ ਨਾਮ ਇਹ ਸਰਕਾਰਾਂ ਦੇ ਨੀਆਂ ਨੇ। ਫਿਰ ਸਾਨੂੰ ਬਾਅਦ 'ਚ ਸਰ ਇੱਕ ਇਹ ਵੀ ਸੁਣਨ ਵਿੱਚ ਆਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਉਹਨਾਂ ਨੂੰ ਜਦ ਮਿਲਣ ਗਈ ਆ ਤਾਂ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਸੀਗੀਆਂ ਜੀ। ਬਿਲਕੁਲ ਜੀ, ਇਹ ਉਹਨਾਂ ਦੇ ਵਕੀਲ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ ਦੱਸਿਆ, ਰਾਜਦੇਵ ਸਿੰਘ ਖਾਲਸਾ ਜੀ ਉਹ ਕਦੇ ਝੂਠ ਨਹੀਂ ਬੋਲਣ ਵਾਲੇ ਬੰਦੇ, ਅਤੇ ਉਹਨਾਂ ਨੇ ਜੋ ਹਕੀਕੀ ਗੱਲ ਹੈ ਉਹੀ ਦੱਸੀ ਹੈ, ਅਤੇ ਇਹ ਬਹੁਤ ਘਟੀਆ ਗੱਲ ਹੈ ਸਰਕਾਰਾਂ ਦੀ। ਹਾਲਾਂਕਿ ਇਹ ਵੀ ਸੁਣਨ ਨੂੰ ਮਿਲਿਆ ਕਿ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਕਿ ਇਹਨਾਂ ਨੌਜਵਾਨਾਂ ਨੂੰ ਤੁਸੀਂ ਪੰਜਾਬ ਲੈ ਜਾਓ, ਪਰ ਇੱਥੋਂ ਦੀ ਸਰਕਾਰ ਹੈ ਜਿਹੜੀ ਇਹ ਡਰਾਮੇਬਾਜ਼ ਜੁਮਲੇਬਾਜ਼ ਆ ਜਿਹੜਿਆਂ ਨੂੰ ਕਹਿੰਦੇ ਸੀ ਅਸੀਂ ਬਦਲਾਅ ਕਰਾਂਗੇ ਅਤੇ ਅਸੀਂ ਬੜੇ ਪਾਕ ਸਾਫ਼ ਹਾਂ, ਫੜ ਕੇ ਹੁਣ ਉਹ ਅੰਦਰ ਕਰਤੇ ਈਡੀ ਨੇ, ਅਤੇ ਸਾਰਿਆਂ 'ਤੇ ਪਰਚੇ ਦਰਜ ਹੋਣੇ ਚਾਹੀਦੇ ਨੇ, ਕਿਉਂਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਸਕੈਂਡਲ ਘਪਲੇ ਕੀਤੇ ਨੇ। ਇੰਨਾ ਤਾਂ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਨਹੀਂ ਚਾੜਿਆ ਜਿੰਨਾ ਇਹਨਾਂ ਨੇ ਆਹ 2-2.5-4 ਸਾਲਾਂ 'ਚ ਚਾੜ ਦਿੱਤਾ ਹੈਗਾ ਸਰ ਪੰਜਾਬ ਦੇ ਜੁੰਮੇ। ਸਰ ਜਿਵੇਂ ਕਿ ਅੰਮ੍ਰਿਤਪਾਲ ਦੀ ਜਿਹੜੀ ਸਿਹਤ ਬਾਰੇ ਕਾਫੀ ਚਰਚਾ ਹੋ ਰਹੀ ਹੈ ਕਿ ਜਿਹੜੀ ਮਤਲਬ ਸਿਹਤ ਡਾਊਨ ਹੋ ਚੁੱਕੀ ਹੈ ਉਹਨਾਂ ਦੀ, ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਗਈ ਆ, ਮਤਲਬ ਖਾਣਾ ਨਹੀਂ ਖਾ ਰਹੇ ਸੀਗੇ। ਬਿਲਕੁਲ ਜੀ, ਅਸੀਂ ਇਸ ਗੱਲ ਤੋਂ ਚਿੰਤਤ ਹਾਂ। ਸਮੁੱਚਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਮਾਨ ਸਾਹਿਬ ਅਤੇ ਸਮੁੱਚਾ ਪੰਥ ਅਤੇ ਸਮੁੱਚੀ ਜਿਹੜੇ ਹੈਗੇ ਨੇ ਲੋਕ ਜਿਹੜੇ ਸੱਚ ਨੂੰ ਪਿਆਰ ਕਰਦੇ ਨੇ, ਠੀਕ ਹੈ ਜੀ, ਇਹ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨ, ਅਤੇ ਇੱਥੋਂ ਦਾ ਮਾਹੌਲ ਆ ਜਿਹੜਾ ਖਰਾਬ ਹੋਣ ਤੋਂ ਬਚੇ, ਅਤੇ ਆਪਾਂ ਚਾਹੁੰਦੇ ਹਾਂ ਕਿ ਅਮਨ ਅਮਾਨ ਰਹੇ, ਸਾਰੇ ਭਾਈਚਾਰੇ ਮਿਲ ਕੇ ਰਹਿਣ। ਪਰ ਇਹ ਸਰਕਾਰਾਂ ਹੀ ਸਾਰਾ ਪ੍ਰਾਪੂਗੰਡਾ ਕਰਕੇ ਗਲਤ ਝੂਠੇ ਪਰਚੇ ਪਾ ਕੇ ਇਹੋ ਜਿਹੇ ਕੰਮ ਕਰ ਰਹੀਆਂ ਨੇ ਅਤੇ ਕਰਵਾਈਆਂ, ਗਲਤ ਪਾਸੇ ਨੌਜਵਾਨੀ ਨੂੰ ਧੱਕਣਾ ਚਾਹੁੰਦੀਆਂ ਨੇ। ਸਰ ਆਪਾਂ ਗੱਲ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਜਿਹੜਾ ਉੱਥੇ ਆਪਾਂ ਧਰਨਾ ਕਹਿ ਸਕਦੇ ਹਾਂ, ਆਪਾਂ ਜਿਹੜਾ ਉਹਨਾਂ ਨੇ ਭੁੱਖ ਹੜਤਾਲ ਰੱਖੀ ਗਈ ਆ, ਉਹ ਕਿਸ ਵਿਸ਼ੇ ਲੈ ਕੇ ਰੱਖੀ ਗਈ ਆ ਜੀ? ਉਹ ਇਸੇ ਕਰਕੇ ਰੱਖੀ ਹੈ ਕਿ ਉਹਨਾਂ ਦੇ ਆ ਜਿਹੜੇ ਨਿੱਜੀ ਹੱਕ ਹਕੂਕ ਨੇ ਜਿਹੜੇ ਸੰਵਿਧਾਨਕ ਤੌਰ 'ਤੇ ਦਿੱਤੇ ਨੇ ਉਹ ਖੋਹ ਲਏ ਨੇ, ਉਹਨਾਂ 'ਤੇ ਕੈਮਰੇ ਲਾ ਦਿੱਤੇ ਨੇ, ਉਹਨਾਂ ਨੂੰ ਖਾਣੇ ਦੇ ਵਿੱਚ ਉਹਨਾਂ ਨੇ ਦੱਸਿਆ ਸਾਨੂੰ ਘਟੀਆ ਕਿਸਮ ਦਾ ਖਾਣਾ ਦਿੱਤਾ ਜਾ ਰਿਹਾ, ਉਹਨਾਂ ਨੇ ਇਹ ਵੀ ਸ਼ੱਕ ਕੀਤਾ ਕਿ ਸਾਨੂੰ ਖਾਣੇ ਦੇ ਵਿੱਚ ਕੋਈ ਘੱਟ ਡੋਜ਼ ਵਾਲਾ ਜ਼ਹਿਰ ਦਿੱਤਾ ਜਾ ਰਿਹਾ, ਤਾਂ ਕਿ ਇਹਨਾਂ ਦੇ ਅੰਦਰ ਖਰਾਬੀ ਕਰਕੇ ਇਹਨਾਂ ਨੂੰ ਹੌਲੀ 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 ਡਾਊਨ ਕਰਕੇ ਸਰੀਰਕ ਤੌਰ 'ਤੇ ਮੌਤ ਕੀਤੀ ਜਾਵੇ। ਸਰ ਅੱਜ ਤੁਸੀਂ ਮੰਗ ਕੀ ਕਰਦੇ ਹੋ?
ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮੁੱਚੀ ਕੌਮ ਵੱਲੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਛੱਡ ਦੇਣਾ ਚਾਹੀਦਾ, ਕਿਉਂਕਿ ਵੱਡੇ ਵੱਡੇ ਜਿਹੜੇ ਹੈਗੇ ਨੇ ਸਮਗਲਰ ਨੇ ਜਿਹੜੇ ਨੌਜਵਾਨੀ ਨੂੰ ਨਸ਼ੇ ਦੇ ਕੇ ਮਾਰ ਰਹੇ ਨੇ, ਉਹ ਖੁੱਲ੍ਹੇ ਘੁੰਮ ਰਹੇ ਨੇ, ਨਸ਼ਾ ਬਹੁਤ ਵਿਕ ਰਿਹਾ, ਨਸ਼ਿਆਂ ਨਾਲ ਮੁੰਡੇ ਮਰ ਰਹੇ ਨੇ, ਇਹੋ ਜਿਹੇ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ। ਅਤੇ ਐਪ ਜਿਹੜਾ ਮੋਦੀ ਸਾਹਿਬ ਨੇ ਕੰਮ ਕੀਤਾ ਹੈਗਾ, ਮੈਂ ਇਹਦਾ ਸਵਾਗਤ ਕਰਦਾ, ਕੇਜਰੀਵਾਲ ਨੂੰ ਫੜ ਕੇ ਅੰਦਰ ਦਿੱਤਾ ਹੈ, ਅਤੇ ਇਹਨਾਂ ਦੇ ਸਾਰਿਆਂ ਦੇ ਪਰਦੇ ਫਾਸ ਕੀਤੇ ਜਾਣ। ਇਹ ਆਮ ਆਦਮੀ ਕਹਾਉਂਦੇ ਸੀ, ਇਹਨਾਂ ਕੋਲ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਆ ਗਈਆਂ, ਸਾਰਿਆਂ ਦੀ ਇਨਕੁਆਇਰੀ ਕੀਤੀ ਜਾਵੇ ED ਦੁਆਰਾ, ਅਤੇ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਨਿਤਾਰਾ ਹੋ ਜਾਊਗਾ। ਆ ਪਰਸੋਂ ਤੋਂ ਲੈ ਕੇ ਤੁਸੀਂ ਦੇਖਿਆ ਗਾ, ਇੱਕ ਨਕਲੀ ਸ਼ਰਾਬ ਪੀਣ ਦੇ ਨਾਲ ਨੌਜਵਾਨ ਕਾਫੀ ਵੱਡੀ ਗਿਣਤੀ ਵਿੱਚ ਘਰ ਖਾਲੀ ਹੋ ਗਏ ਨੇ, ਉਹਨਾਂ ਦੇ ਬੱਚੇ ਵੀ ਯਤੀਮ ਹੋ ਗਏ ਨੇ, ਬੀਬੀਆਂ ਵਿਧਵਾ ਹੋ ਗਈਆਂ ਨੇ, ਅਤੇ ਇਹ ਨਕਲੀ ਸ਼ਰਾਬ ਨੌਜਵਾਨਾਂ ਨੂੰ ਪਿੰਡਾਂ ਨੂੰ ਵੰਡ ਰਹੇ ਨੇ ਕਿ ਇਹ ਜਿਹੜੀ ਆਮ ਪਾਰਟੀ ਸਰਕਾਰ ਹੈ ਉੱਥੇ ਭਗਵੰਤ ਮਾਨ ਜੀ ਨਹੀਂ ਗਏ ਹਜੇ ਤੱਕ ਉਹਨਾਂ ਲੋਕਾਂ ਦੀ ਸਾਰ ਲੈਣ, ਸਿਮਰਨਜੀਤ ਮਾਨ ਸਾਹਿਬ ਢਿੱਲੇ ਮੱਠ ਦੇ ਬਾਵਜੂਦ ਵੀ ਉੱਥੇ ਉਹਨਾਂ ਦੀ ਲੋਕਾਂ ਦੀ ਸਾਰ ਲੈਣ ਗਏ ਹੋਏ ਨੇ, ਅਤੇ ਇਹਨਾਂ ਨੂੰ ਚਾਹੀਦਾ ਇਹੋ ਜਿਹੀਆਂ ਘਟੀਆਂ ਹਰਕਤਾਂ ਛੱਡ ਕੇ ਲੋਕਾਂ ਨੂੰ ਸੱਚ ਦੇ ਰਾਹ 'ਤੇ ਪਾਂਧੀ ਬਣਾਉਣ, ਅਤੇ ਤਾਂ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ, ਪਰ ਇਹ ਖੁਦ ਹੀ ਘਟੀਆ ਨਸ਼ੇ ਦੇ ਕੇ ਮਾਰ ਰਹੇ ਨੇ ਲੋਕਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਹਰੇਕ ਨੂੰ, ਜਿਹੜੇ ਜਿਹੜੇ ਵੀ ਜੀ ਚਲੇ ਗਏ ਨੇ ਉਹਨਾਂ ਨੂੰ ਕਰੋੜ ਕਰੋੜ ਰੁਪਇਆ ਸਿਮਰਨਜੀਤ ਮਾਨ ਸਾਹਿਬ ਨੇ ਮੰਗ ਰੱਖੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਲੋਕ ਵੀ ਚਾਹੁੰਦੇ ਨੇ ਕਿ ਉਹ ਵਾਕਈ ਉਹ ਜਿਹੜੇ ਨੌਜਵਾਨ ਜਾਂ ਉਹਨਾਂ ਦੇ ਪਰਿਵਾਰਕ ਜੀ ਚਲੇ ਗਏ ਨੇ ਉਹਨਾਂ ਨੂੰ ਕਰੋੜ ਕਰੋੜ ਰੁਪਇਆ ਮਿਲੇ, ਤਾਂ ਕਿ ਉਹ ਆਪਣਾ ਜੀਵਨ ਬਸਰ ਕਰ ਸਕਣ, ਉਹਨਾਂ ਨੂੰ ਇੱਕ ਇੱਕ ਨੂੰ ਨੌਕਰੀ ਵੀ ਦਿੱਤੀ ਜਾਵੇ, ਅਤੇ ਤਾਂ ਕਿ ਉਹਨਾਂ ਦੇ ਜਿਹੜੇ ਦੁੱਖ 'ਤੇ ਮੱਲਮ ਲੱਗੀ ਜਾਵੇ। ਹਾਂਜੀ, ਸਰਦਾਰ ਅੰਮ੍ਰਿਤਪਾਲ ਸਿੰਘ ਨੂੰ ਜਿਹੜੀ ਵੀ ਉਹਨਾਂ ਦੀ ਮੰਗ ਹੈ, ਉਹਨਾਂ ਦੀ ਭੁੱਖ ਹੜਤਾਲ ਨੂੰ ਤੜਾ ਕੇ ਉਹਨਾਂ ਦੀ ਮੰਗ ਨੂੰ ਮੰਨ ਕੇ ਉਹਨਾਂ ਨੂੰ ਤੁਰੰਤ ਛੱਡਣਾ ਚਾਹੀਦਾ ਹੈ ਅਤੇ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਹੈ। ਇਸ ਲਈ ਸਮੁੱਚਾ ਸਿੱਖ ਪੰਥ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਬੈਠਾ ਚਿੰਤਤ ਹੈ ਹਰੇਕ ਇਸ ਮੁੱਦੇ 'ਤੇ, ਕਿਉਂਕਿ ਵਾਰਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸਿੰਘ ਸਿੱਧੂ ਵੀ ਸੱਚੀਆਂ ਗੱਲਾਂ ਕਰਦਾ ਸੀਗਾ, ਉਹ ਵੀ ਪੰਜਾਬ ਦੇ ਸਰੋਤਾਂ ਦੀ ਲੁੱਟਣ ਦੀ ਗੱਲ ਕਰਦਾ ਸੀ, ਨੌਜਵਾਨੀ ਨੂੰ ਸੱਚ ਦੇ ਰਾਹ ਤੋਰਦਾ ਸੀ, ਉਹਨਾਂ ਨੇ ਵੀ ਸਰਦਾਰ ਸਿਮਰਨਜੀਤ ਮਾਨ ਸਾਹਿਬ ਨੂੰ ਆਪਣਾ ਆਈਡਲ ਮੰਨਿਆ ਕਿਉਂਕਿ ਇਹ ਸਿੱਖ ਧਰਮ ਦੀ ਸੱਚੀ ਸੁੱਚੀ ਸ਼ਖਸੀਅਤ ਹੈ, ਇਸ ਕਰਕੇ ਉਹ ਨਾਲ ਚੱਲੇ ਸੀ, ਉਹਨਾਂ ਨੂੰ ਐਕਸੀਡੈਂਟ ਦਾ ਰੂਪ ਦੇ ਕੇ ਮਰਵਾਤਾ। ਮੂਸੇਵਾਲ ਸਾਹਿਬ ਨੇ ਮਾਨ ਸਾਹਿਬ ਨਾਲ ਚੱਲਣ ਦਾ ਪ੍ਰਣ ਕੀਤਾ, ਉਹਨੂੰ ਗੈਂਗਸਟਰ ਦਾ ਰੂਪ ਦੇ ਕੇ ਮਰਵਾਤਾ, ਇਸ ਵਾਸਤੇ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਛੱਡਣਾ ਚਾਹੀਦਾ ਇਹਨਾਂ ਨੂੰ।